ਸਤਿ ਸ਼੍ਰੀ ਅਕਾਲ ਦੋਸਤੋ ਯੂਕੇ ਬਾਰੇ ਗੱਲ ਕਰਾਂਗੇ ਯੂਕੇ ਜਾਣ ਦਾ ਸੁਪਨਾ ਕਈ ਸਟੂਡੈਂਟ ਦਾ ਹੈ ਕਈ ਵਾਰੀ ਐਂ ਲੱਗਦਾ ਵੀ 2024 ਚ ਹੋ ਸਕਦਾ ਸਪਾਊਸ ਨਾਲ ਨਾ ਜਾ ਸਕੇ ਔਰ ਆਖਰੀ ਮੌਕਾ ਆਪਾਂ ਐਡਸ ਵੀ ਕਾਫੀ ਦੇਖ ਰਹੇ ਆ ਪਰ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਉਹਨਾਂ ਸਟੂਡੈਂਟ ਦੇ ਲਈ ਜਿਹੜੇ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਔਰ ਜਿਨ੍ਹਾਂ ਦੀ ਏਜ ਵੀ ਕਾਫੀ ਹੋ ਚੁੱਕੀ ਹੈ ਉਹ ਕਿਵੇਂ ਜਾ ਸਕਦੇ ਆ ਆਪਾਂ ਪੁੱਛਾਂਗੇ ਸਾਡੇ ਨਾਲ ਨੇ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਬਾਟ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅ ਮੈਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਯੂਕੇ ਬਾਰੇ ਹੀ ਆਪਾਂ ਗੱਲ ਕਰਦੇ ਆਂ ਵੀ ਯੂਕੇ ਦੇ ਵਿੱਚ ਇਸ ਤਰ੍ਹਾਂ ਕਿਹੜੇ ਕਿਹੜੇ ਸਟੂਡੈਂਟ ਜਾ ਸਕਦੇ ਆ ਪਹਿਲਾਂ ਸਟੂਡੈਂਟ ਬਾਰੇ ਦੱਸ ਦੋ ਫਿਰ ਆਪਾਂ ਇੰਟਰ ਯੂਥ ਪ੍ਰੋਗਰਾਮ ਜਿਹੜਾ ਹੈਗਾ ਤੁਹਾਡਾ ਇਸ ਬਾਰੇ ਵੀ ਗੱਲਬਾਤ ਕਰਦੇ ਆ ਇਹਦੇ ਵਿੱਚ ਸਾਡੇ ਕੋਲ ਜਿਹੜੇ ਬੱਚੇ ਇੰਟਰ ਯੂਥ ਕਲਚਰ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦਾ ਸਟੱਡੀ ਗੈਪ ਬਹੁਤ ਜ਼ਿਆਦਾ ਹੈ ਅਪਲਾਈ ਨਹੀਂ ਕਰ ਸਕੇ ਕਿਸੇ ਰੀਜ਼ਨ ਕਰਕੇ ਸੁਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਜਾਂ ਜਿਹੜੇ ਬੱਚੇ ਦੇ ਆਇਲੈਂਡਸ ਜਾਂ ਪੀਟੀ ਨਹੀਂ ਕੀਤੀ ਹੋਈ ਉਹ ਵੀ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਆ 18 ਤੋਂ ਲੈ ਕੇ 35 ਸਾਲ ਦੀ ਇਸ ਤੱਕ ਦੇ ਜਿਹੜੇ ਜੋਤ ਆ ਉਹ ਅਪਲਾਈ ਕਰ ਸਕਦੇ ਆ ਜੇ ਕਿਸੇ ਦੇ ਬੱਚੇ ਆ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਇਆ ਜਾ ਸਕਦਾ ਹੈ ਇਹਦੇ ਵਿੱਚ ਬੈਂਕਿੰਗ ਦੇ ਉੱਤੇ ਆਪਾਂ ਧਿਆਨ ਦੇਣਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਾਡੇ ਕੋਲ ਅਸੈਸਮੈਂਟ ਲਾਉਂਗੇ ਅਸੀਂ ਕਲੀਅਰ ਕਰਾਂਗੇ ਤੁਹਾਨੂੰ ਕਿਸ ਲੋਕੇਸ਼ਨ ਤੇ ਕਿਸ ਕੋਰਸ ਦੇ ਵਿੱਚ ਅਸੀਂ ਤੁਹਾਨੂੰ ਭੇਜਾਂਗੇ ਇੱਕ ਤਰ੍ਹਾਂ ਨਾਲ ਇਥੋਂ ਇਸ ਇੰਟਰਜੋਤ ਕਲਚਰ ਪ੍ਰੋਗਰਾਮ ਦੇ ਵਿੱਚ ਅਸੀਂ ਟੂਰਿਸਟ ਵੀਜ਼ੇ ਤੇ ਜਾਵਾਂਗੇ ਉੱਥੇ ਜਾ ਕੇ ਸਾਡਾ ਸਟੱਡੀ ਪਰਮਿਟ ਜਿਹੜਾ ਉਹ ਕਨਵਰਟ ਹੋਊਗਾ ਹਮ ਬਿਲਕੁਲ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਆ ਤੁਸੀਂ ਯੂਕੇ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਹੁਣ ਸਕਰੀਨ ਦੇ ਉੱਤੇ ਜਿਹੜਾ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਮੈਮ ਨਾਲ ਦੇ ਨਾਲ ਜਿਵੇਂ ਆਪਾਂ ਜਿਹੜੇ ਸਟੱਡੀ ਲਈ ਜਾਣਾ ਚਾਹੁੰਦੇ ਆ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈਗੀ ਆ ਉਹਨਾਂ ਲਈ ਕਿਹੜਾ ਇਨਟੇਕ ਅਵੇਲੇਬਲ ਹੈਗਾ ਇਸ ਟਾਈਮ ਤੇ ਸਟੱਡੀ ਦੇ ਲਈ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਆ ਫੈਬ ਇਨਟੇਕ ਆਵੇਲੇਬਲ ਹੈਗਾ ਪਰ ਬਹੁਤ ਘੱਟ ਸਮਾਂ ਬਚਿਆ ਹੈ ਫੈਬ ਇਨਟੇਕ ਦੇ ਵਿੱਚ ਅਪਲਾਈ ਕਰਨ ਲਈ ਅਪਲਾਈ ਕਰ ਲੈਣ ਡਿਲੇ ਨਾ ਕਰਨ ਬੱਚੇ ਥੋੜੀ ਜੇ ਉਹਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਨੇ ਜਿਹੜੇ ਉੱਥੇ ਐਂਬੈਸੀ ਫੀਸ ਨੂੰ ਲੈ ਕੇ ਜਾਂ ਜਿਹੜੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਉਹ ਵਧੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਟਿਊਸ਼ਨ ਫੀਸ ਵੀ ਵੱਧ ਸਕਦੀ ਆ ਇਸ ਕਰਕੇ ਇਹ ਬੱਚੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਯੂਕੇ ਉਹ ਫੈਬ ਇਨਟੇਕ ਦੇ ਵਿੱਚ ਅਪਲਾਈ ਕਰ ਲੈਣ ਲਾਸਟ ਕਾਲ ਆ ਸਾਡੇ ਵੱਲੋਂ ਤੋਂ ਬਾਅਦ ਜੇ ਤੁਸੀਂ ਸਾਡੇ ਕੋਲ ਆਵੋਗੇ ਤੇ ਫਿਰ ਨੈਕਸਟ ਇਨਟੇਕ ਹੀ ਅਵੇਲੇਬਲ ਹੋਊਗਾ ਸਾਡੇ ਕੋਲ ਮੈਮ ਇੰਟਰ ਯੂਥ ਪ੍ਰੋਗਰਾਮ ਦੀ ਆਪਾਂ ਗੱਲ ਕਰਾਂਗੇ ਜਿਹੜਾ ਤੁਸੀਂ ਹੁਣੇ ਦੱਸ ਰਹੇ ਹੋ ਕਿ ਇਸ ਦੇ ਵਿੱਚ ਏਜ ਲਿਮਟ ਜਿਹੜੀ ਹੈਗੀ ਹੈ 20 ਤੋਂ ਲੈ ਕੇ 35 ਸਾਲ ਔਰ ਫੰਡਸ ਕਿਸ ਤਰ੍ਹਾਂ ਦੇ ਸਟੂਡੈਂਟ ਕੋਲੇ ਹੋਣੇ ਚਾਹੀਦੇ ਐ ਕਿੰਨੇ ਪੁਰਾਣੇ ਹੋਣੇ ਚਾਹੀਦੇ ਕਿਉਂਕਿ ਜਿਹੜਾ 35 ਸਾਲ ਦਾ ਹੋਊਗਾ ਉਹ ਕੋਈ ਜੋਬ ਵੀ ਕਰ ਰਿਆ ਹੋਊਗਾ ਕਿਸ ਤਰ੍ਹਾਂ ਦੀ ਪ੍ਰੋਫਾਈਲ ਉਹਦੀ ਸਟੱਡੀ ਤੋਂ ਇਲਾਵਾ ਗੈਪ ਗੂਪ ਵੀ ਇਹ ਸਾਰਾ ਇਹਦੇ ਵਿੱਚ ਹੋ ਸਕਦਾ ਮੈਨੇ ਅ ਦੇਖੋ ਜੀ ਗੈਪ ਦੀ ਜ਼ਰੂਰਤ ਨਹੀਂ ਐ ਬਟ ਸਾਡਾ ਪ੍ਰੋਫਾਈਲ ਕੀ ਐ ਸੀ ਕੰਮ ਕੀ ਸਾਡਾ ਜੇ ਕੋਈ ਆ ਫਾਰਮਰ ਦਾ ਬੱਚਾ ਹੈ ਜਾਂ ਕੋਈ ਕਿਸੇ ਜੋਬ ਪ੍ਰੋਫਾਈਲ ਨੂੰ ਰੈਲੇਵੈਂਟ ਆ ਜਾਂ ਕੋਈ ਬਿਜ਼ਨਸ ਨੂੰ ਲੈ ਕੇ ਹੈਗਾ ਜਾਂ ਕੋਈ ਗਵਰਨਮੈਂਟ ਜੋਬ ਦੇ ਉੱਤੇ ਹੈਗਾ ਜਾਂ ਕੋਈ ਆਪਣਾ ਛੋਟਾ ਮੋਟਾ ਕੋਈ ਹੋਰ ਕਿੱਤਾ ਕਰ ਰਿਹਾ ਹੈ ਡੇਰੀ ਫਾਰਮਿੰਗ ਕਰ ਰਿਹਾ ਨਾਲ ਫਾਰਮਿੰਗ ਦੇ ਤੇ ਉਹ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਉਹ ਕਲੈਰੀਫਾਈ ਕਰੇ ਜਿਹੜਾ ਉਹ ਸਾਨੂੰ ਦੱਸਣਾ ਪੈਣਾ ਹੈ ਵੀਜ਼ਾ ਅਫੀਸਰ ਨੂੰ ਕਿ ਅਸੀਂ ਇਸ ਟਾਈਮ ਤੋਂ ਲੈ ਕੇ ਇੰਨੇ ਟਾਈਮ ਤੱਕ ਸਟੱਡੀ ਕੀਤੀ ਸੀ ਇਸ ਤੋਂ ਬਾਅਦ ਸਾਡਾ ਇਹ ਬਿਜ਼ਨਸ ਪ੍ਰੋਫਾਈਲ ਆ ਜਾਂ ਜੋਬ ਪ੍ਰੋਫਾਈਲ ਆ ਉਹਦੇ ਉੱਤੇ ਪ੍ਰੋਪਰ ਤੁਹਾਡੀਆਂ ਆਈਟੀਆਰ ਜਿਹੜੀਆਂ 2 ਸਾਲ ਪੁਰਾਣੀਆਂ ਸਾਨੂੰ ਚਾਹੀਦੀਆਂ ਹੋਣਗੀਆਂ ਔਰ ਤੁਹਾਡੀ ਪ੍ਰੋਪਰ ਬੈਂਕਿੰਗ ਚਾਹੀਦੀ ਹੋਊਗੀ ਜਿਹੜਾ ਉਹ ਪੈਸਾ ਆਇਆ ਉਹ ਸੋਰਸ ਕੀ ਆ ਉਹ ਵੀ ਸਾਨੂੰ ਜਸਟੀਫਾਈ ਕਰਨਾ ਪਊਗਾ ਕਵਰਿੰਗ ਲੈਟਰ ਦੇ ਵਿੱਚ ਅਸੀਂ ਕਲੀਅਰ ਕਰਾਂਗੇ ਕਿ ਅਸੀਂ ਵੋਕੇਸ਼ਨਲ ਕੋਰਸਸ ਦੇ ਲਈ ਜਾ ਰਹੇ ਹਾਂ ਜਿਹੜਾ ਇੰਟਰਕਲਚਰ ਪ੍ਰੋਗਰਾਮ ਆ ਉਹਦੇ ਵਿੱਚ ਇਹ ਸਾਡੇ ਕੋਰਸਸ ਰਹਿਣਗੇ ਇਹ ਸਾਡਾ ਸੁਪਾਊਸ ਔਰ ਬੱਚੇ ਅਸੀਂ ਨਾਲ ਜਾ ਰਹੇ ਹਾਂ ਸਾਡੇ ਕੋਲ ਸਫੀਸ਼ੀਐਂਟ ਫੰਡ ਹੈਗੇ ਨੇ ਕਿ ਅਸੀਂ ਉੱਥੇ ਜਾ ਕੇ ਉਸ ਕੰਟਰੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਭੋਜ ਨਹੀਂ ਬਣਾਂਗੇ ਤੇ ਇਹ ਚੀਜ਼ਾਂ ਸਾਰੀਆਂ ਦੇਖਣ ਤੋਂ ਬਾਅਦ ਹੀ ਯੂਕੇ ਤੁਹਾਨੂੰ ਵੀਜ਼ਾ ਦੇਊਗਾ ਯੂਕੇ ਦੇ ਵਿੱਚ ਵੀਜ਼ਾ ਲੈਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਬੈਂਕਿੰਗ ਦੇ ਉੱਤੇ ਜਸਟੀਫਿਕੇਸ਼ਨ ਦੇਣਾ ਜਿਹੜਾ ਇੰਟਰਜੂਥ ਕਲਚਰ ਪ੍ਰੋਗਰਾਮ ਹੈ ਇਹਦੇ ਵਿੱਚ ਇਸ ਟਾਈਮ ਜਿੰਨੇ ਵੀ ਸੁਪਾਉਸ ਹੈ ਜਿਹੜੇ ਅਪਲਾਈ ਨਹੀਂ ਕਰ पाए ਜਨਵਰੀ ਇਨਟੇਕ ਲਈ ਉਹ ਹੁਣ ਇੰਟਰਜੂਥ ਕਲਚਰ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਬਿਲਕੁਲ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਯੂਕੇ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਦੇ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਫੇਸ ਇੱਕ ਮੁਹਾਲੀ ਦੇ ਵਿੱਚ ਆ ਕੇ ਮਿਲ ਸਕਦੇ ਹੋ ਕ੍ਰੀਏਟਿਵ ਫਿਊਚਰ ਦਾ ਆਫਿਸ ਜਲੰਧਰ ਵੀ ਹੈਗਾ ਜਲੰਧਰ ਜਾ ਕੇ ਵੀ ਤੁਸੀਂ ਜਿਹੜੇ ਉੱਥੇ ਐਕਸਪਰਟ ਹੈਗੇ ਆ ਪੂਰੀ ਟੀਮ ਹੈ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਯੂਕੇ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਮੈਮ ਜੇ ਕਿਸੇ ਦਾ ਰਿਫਿਊਜ਼ਲ ਆਇਆ ਹੋਇਆ ਮੰਨ ਲਓ ਜਾਂ ਯੂਕੇ ਤੋਂ ਹੀ ਆਇਆ ਹੋਵੇ ਜਾਂ ਕਿਸੇ ਹੋਰ ਕੰਟਰੀ ਤੋਂ ਪਹਿਲਾਂ ਰਿਫਿਊਜ਼ ਹੋਇਆ ਹੋਵੇ ਕਿ ਉਹ ਸ ਜਿਹੜਾ ਅਪਲਾਈ ਕਰ ਸਕਦਾ ਬਟ ਰਿਫਿਊਜ਼ਲ ਦਾ ਰੀਜ਼ਨ ਕੀ ਹੈ ਕੀ ਕਾਰਨ ਰਹਿ ਸੀ ਕਿ ਰਿਫਿਊਜ਼ਲ ਦੇ ਕਿਹੜੇ ਡਾਕੂਮੈਂਟਸ ਜਾਂ ਕਿਹੜੇ ਪੇਪਰਵਰਕ ਕਰਕੇ ਰਿਫਿਊਜ਼ਲ ਆਇਆ ਕੀ ਗਲਤੀ ਕੀਤੀ ਸੀਗੀ ਅਸੀਂ ਜੇ ਯੂਕੇ ਤੋਂ ਸਾਡਾ ਰਿਫਿਊਜ਼ਲ ਆਇਆ ਹੈ ਤੇ ਉਹਨੂੰ ਸੁਧਾਰ ਕੇ ਆਪਾਂ ਦੁਬਾਰਾ ਇਸ ਪ੍ਰੋਗਰਾਮ ਦੇ ਵਿੱਚ ਫਾਈਲ ਪੁਟ ਔਨ ਕਰ ਦੇਣੀ ਆ ਬਟ ਇੱਕ ਗੱਲ ਬਿਲਕੁਲ ਕਲੀਅਰ ਹੈ ਮੈਂ ਸਾਰਿਆਂ ਲਈ ਕਾਲ ਨਹੀਂ ਦੇ ਰਹੀ ਸਭ ਤੋਂ ਪਹਿਲਾਂ ਕਾਲ ਕਰਕੇ ਤੁਸੀਂ ਅਸੈਸਮੈਂਟ ਲੈਣੀ ਹੈ ਆਪਣੇ ਡਾਕੂਮੈਂਟਸ ਭੇਜਨੇ ਆ ਜਦੋਂ ਸਾਡੇ ਕਾਉਂਸਲਰ ਵੱਲੋਂ ਜੈਸ ਪੋਲਿਆ ਜਾਊਗਾ ਤਾਂ ਹੀ ਤੁਸੀਂ ਸਾਡੇ ਕੋਲ ਅਪਲਾਈ ਕਰ ਸਕਦੇ ਆ ਕਿਉਂਕਿ ਇੱਥੇ ਆਪਾਂ ਕਹਿ ਦਿੱਤਾ ਕਿ 20 ਤੋਂ ਲੈ ਕੇ 35 ਸਾਲ ਦੇ ਜਿਹੜਾ ਜੂਥ ਹੈ ਇੰਟਰ ਜੂਥ ਕਲਚਰ ਪ੍ਰੋਗਰਾਮ ਦੇ ਵਿੱਚ ਅਪਲਾਈ ਤਾਂ ਕਰ ਸਕਦਾ ਪਰ ਅਸੈਸਮੈਂਟ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੋਂ ਤਾਂ ਆਪਾਂ ਚੱਲ ਜਾਾਂਗੇ ਅਪਲਾਈ ਕਰ ਦਾਂਗੇ ਉਹਦੇ ਵਿੱਚ ਵੀ ਅਪਲਾਈ ਕਰਨ ਲਈ ਵੀ ਸਾਨੂੰ ਜਸਟੀਫਿਕੇਸ਼ਨ ਦੇਣੀਆਂ ਪੈਂਦੀਆਂ ਆ ਆਪਾਂ ਕਾਲਜ ਤੋਂ ਇੱਕ ਵਾਰ ਜ਼ਰੂਰ ਕਨਫਰਮ ਕਰਾਂਗੇ ਕਿ ਤੁਹਾਡੀ ਐਡਮਿਸ਼ਨ ਕੱਲ ਦੇ ਦਿਨ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਉਹਦੇ ਲਈ ਤੁਹਾਡੇ ਸਾਨੂੰ ਚਾਹੀਦੇ ਹੋਣਗੇ ਐਜੂਕੇਸ਼ਨਲ ਡਾਕੂਮੈਂਟਸ ਐਂਡ ਤੁਹਾਡਾ ਜੋਬ ਪ੍ਰੋਫਾਈਲ ਉਹ ਪ੍ਰੋਪਰ ਤਰੀਕੇ ਨਾਲ ਤੁਹਾਡਾ ਸਾਡੇ ਕੋਲ ਪਹੁੰਚ ਜਾਏ ਤੇ ਅਸੀਂ ਨਾਲ ਦੇ ਨਾਲ ਅਸੈਸਮੈਂਟ ਅੱਗੇ ਕਾਲਜ ਤੋਂ ਲੈ ਕੇ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਕਰਾਂਗੇ ਔਰ ਜਦੋਂ ਅਸੈਸਮੈਂਟ ਤੁਹਾਡੀ ਕਲੀਅਰ ਹੁੰਦੀ ਆ ਨਾਲ ਦੇ ਨਾਲ ਚੈਕਲਿਸਟ ਲੈਣੀ ਆ ਡਾਕੂਮੈਂਟਸ ਔਰ ਪੇਪਰਵਰਕ ਦੇ ਉੱਤੇ ਕਦੀ ਵੀ ਕੰਪਰੋਮਾਈਜ਼ ਨਹੀਂ ਕਰਨਾ ਕਿਸੇ ਤਰ੍ਹਾਂ ਦੀ ਮੈਨੀਪੂਲੇਸ਼ਨ ਨਹੀਂ ਕਰਨੀ ਜੋ ਐਜ਼ ਇਟ ਇਜ਼ ਹੈਗਾ ਉਵੇਂ ਹੀ ਤੁਸੀਂ ਸਾਨੂੰ ਦੋਗੇ ਉਵੇਂ ਹੀ ਅੱਗੇ ਆਪ ਅੰਬੈਸੀ ਦੇ ਵਿੱਚ ਪੁਟ ਔਨ ਕਰਾਂਗੇ ਉਸ ਬੇਸ ਤੇ ਵੀਜ਼ਾ ਲਵਾਂਗੇ ਹਾਂ ਬਿਲਕੁਲ ਤੁਹਾਡੇ ਕੋਈ ਵੀ ਸਵਾਲ ਹੈ ਯੂਕੇ ਜਾਣਾ ਤੁਸੀਂ ਖਾਸ ਤੌਰ ਤੇ ਸਟੱਡੀ ਤੇ ਜਾਣਾ ਚਾਹੁੰਦੇ ਹੋ ਤਾਂ ਕਾਫੀ ਆਪਸ਼ਨਸ ਹੈਗੀਆਂ ਨਾਲ ਦੀ ਨਾਲ ਜੇ ਤੁਹਾਡੀ ਸਟੱਡੀ ਦੀ ਉਮਰ ਜਿਵੇਂ ਜ਼ਿਆਦਾ ਹੋ ਚੁੱਕੀ ਹੈ ਜਾਂ ਤੁਸੀਂ ਜਿਵੇਂ ਹੁਣ ਮੈਮ ਨੇ ਦੱਸਿਆ ਕਿ ਰਿਫਿਊਜ਼ਲ ਵੀ ਹੋ ਜਾਂ 스ਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਇੰਟਰ ਯੂਥ ਕਲਚਰ ਪ੍ਰੋਗਰਾਮ ਹੈਗਾ ਜਿਹੜਾ ਯੂਕੇ ਦਾ ਇਸ ਦੇ ਰਾਹੀਂ ਤੁਸੀਂ ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਪ੍ਰੋਸੈਸਿੰਗ ਟਾਈਮ ਨੂੰ ਜੇ ਆਪਾਂ ਗੱਲ ਕਰੀਏ ਮੈਮ ਕਿੰਨਾ ਪ੍ਰੋਸੈਸਿੰਗ ਟਾਈਮ ਇਸ ਦੇ ਵਿੱਚ ਲੱਗ ਜਾਂਦਾ ਹੈ ਤਕਰੀਬਨ ਬਲਵਿੰਦਰ ਜੀ ਪ੍ਰੋਸੈਸਿੰਗ ਟਾਈਮ 40 ਡੇਸ ਅਸੀਂ ਲੈ ਕੇ ਚੱਲ ਰਹੇ ਹਾਂ ਬਟ ਡਾਕ ਇਹ ਨੀ ਦੇਰ ਤੋਂ ਡਾਕੂਮੈਂਟ ਪ੍ਰੋਵਾਈਡ ਕਰਦਾ ਕਿੰਨੇ ਦਿਨ ਚ ਉਹ ਸਾਨੂੰ ਪੇਪਰ ਵਰਕ ਦਿੰਦਾ ਹੈ ਅਸੀਂ 40 ਡੇਸ ਟੋਟਲ ਲੈ ਕੇ ਚੱਲ ਰਹੇ ਹਾਂ ਕਿ 40 ਡੇਸ ਦੇ ਅੰਦਰ ਅੰਦਰ ਅਸੀਂ ਬੱਚਿਆਂ ਦਾ ਜਿਹੜਾ ਹੈ ਕਿ ਵੀਜ਼ਾ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਇਹਦੇ ਵਿੱਚ ਆਪਾਂ ਸੈਟਰਡੇ ਸੰਡੇ ਕਾਊਂਟ ਨਹੀਂ ਕਰਦੇ ਜਦੋਂ ਵੀ ਅਸੀਂ ਇੱਥੇ ਡੇਸ ਦੀ ਗੱਲ ਕਰਦੇ ਹਾਂ ਉਹ ਸਿਰਫ ਵਰਕਿੰਗ ਡੇਸ ਦੀ ਗੱਲ ਕਰਦੇ ਹਾਂ ਮੰਡੇ ਟੂ ਫਰਾਈਡੇ ਤੇ 40 ਡੇਸ ਦੇ ਵਿੱਚ ਆਪਾਂ ਜਿਹੜਾ ਉਹ ਵੀਜ਼ਾ ਗ੍ਰਾਂਟ ਕਰਵਾ ਲਾਂਗੇ ਬਟ ਤੁਹਾਡੇ ਡਾਕੂਮੈਂਟਸ ਤੁਹਾਡੇ ਪੇਪਰ ਨੇ ਤੁਹਾਡੇ ਪ੍ਰੋਫਾਈਲ ਤੇ ਵੀਜ਼ਾ ਆਉਣਾ ਹੈ ਤੁਸੀਂ ਪੇਪਰ ਦੇਣੇ ਆ ਅਸੀਂ ਤਾਂ ਸਿਰਫ ਕੋਮੀਡੀਏਟਰ ਦਾ ਕੰਮ ਕਰ ਰਹੇ ਆ ਤੁਹਾਡੇ ਨੂੰ ਜਿੰਨੀ ਵੀ ਹੈਲਪ ਦੀ ਜ਼ਰੂਰਤ ਆ ਉਹ ਸਾਡੀ ਕੰਪਨੀ ਵੱਲੋਂ ਕੀਤੀ ਜਾਊਗੀ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਟਿਊਸ਼ਨ ਫੀਸ ਜਿਹੜੀ ਆ ਉਹ ਤੁਸੀਂ ਪਹਿਲਾਂ ਨਹੀਂ ਪੇ ਕਰਨੀ ਬਿਲਕੁਲ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ ਯੂਥ ਕਲਚਰਲ ਪ੍ਰੋਗਰਾਮ ਨਹੀਂ ਜਾ ਸਕਦੇ ਹੋ ਨਹੀਂ ਤਾਂ ਸਟੱਡੀ ਵੀਜ਼ਾ ਦੀ ਵੀ ਬਹੁਤ ਆਪਸ਼ਨਸ ਹੈਗੀਆਂ ਵਿਦਆਊਟ ਆਈਲੈਂਡਸ ਵੀ ਹੈਗੀ ਆ ਉਸ ਬਾਰੇ ਵੀ ਆਪਾਂ ਅਗਲੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਤੁਸੀਂ ਸਟੱਡੀ ਵੀਜ਼ਾ ਬਾਰੇ ਵੀ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਤੁਹਾਡੀ ਏਜ 35 ਤੋਂ 35 ਸਾਲ ਹੈ ਜਿਆਦਾ ਹੋ ਚੁੱਕੀ ਹੈ ਤਾਂ ਤੁਸੀਂ ਇੰਟਰ ਯੂਥ ਕਲਚਰ ਪ੍ਰੋਗਰਾਮ ਹੈ ਇਸ ਦੇ ਰਾਹੀਂ ਵੀ ਯੂਕੇ ਜਾਣ ਦਾ ਸੁਪਨਾ ਜਿਹੜਾ ਆਪਣਾ ਪੂਰਾ ਕਰ ਸਕਦੇ ਹੋ ਨਾਲ ਦੇ ਨਾਲ ਸਪਾਊਸ ਦੇ ਨਾਲ ਜਾ ਸਕਦੇ ਹੋ ਮੈਮ ਤੁਸੀਂ ਆਪਣੀ ਕੀਮਤੀ ਸਮਾਂ ਦਿੱਤਾ ਔਰ ਇੰਨੀ ਸੋਹਣੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਜੀ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਆਦਾ ਜਾਣਕਾਰੀ ਦੇ ਲਈ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਇਸ ਦੇ ਉੱਤੇ ਕਾਲ ਕਰਕੇ ਲੈ ਸਕਦੇ ਹੋ ਸਤਿ ਸ੍ਰੀ ਅਕਾਲ